सुख है जो चंगा हुआ जिंदगी च। एक तो मैं दस दिना चाची जी ने ब्याह करके ना बहुत खुश होए आ ओ तो सानू सारे ने देदा चाची हुने भी हसदे ते ए भी हसदे बीमार होया ना। हाँ जी बीमार होया। हाँ जी मैं अंदर दी सोची आई। अच्छा इन मैं बड़ी खुश हुई। अच्छा मैं पता लगा कि अंदर भी कुछ है। अच्छा ये शरीर हो रहा आत्मा हो रहा ठीक है सुई ना बिंद जाना ना दब देना जाके ला देनी ये आत्मा इनू नवा शरीर मिलना ये कुछ इंसान की होनी चाहिए भी अगला शरीर न मिले रब बिच अरोप हो जाए वो मैं करतब देखिया कई दिन चलता रहा हूँ भी चलता मैं सौन लगे अपने सोमवार तो शुरू करदा नींद आ जाती है जल्द उठदा वो फिर चालू हूँ माला की बख्शिश है हूँ तो यो ही कहना भी किसी पासे लग जा सारिया ड्यूटियां खत्म हो गई सारा टब्बर सुखी है चाहे विदेशों चाहे चाहे इतने कितने भी उन्हें बहुत कुछ देखा दुख भी देखे सुख भी देखे मैं वो दिन भी याद है जो मैं अमरीका से तुहाड़े को मेरा बर्थडे मनाया उत्थे तो मैं कह सी भी जिंदगी का भी एक बहुत चंगा दिन लगता मैं ये 95 की गल बाकी तो गुमिया खुशियां तो आदि रही जो तो हुक्म है पंजाब ना सारे कहते ना जाओ मैं क्या वो तो हुक्म जरा ना वो हो गया हुक्म हो गया तो जाना ही पैना हम कि अगे होना है मैं नहीं पता कि चेर रहना मैं नहीं पता मैं अपने घर जा रहा वापस कदर होना भी कोई पता नहीं बाकी जो निकल गया वो चंगा निकल गया या गरीबी कट्टी है हाँ इन्हें मैं लग रहा भी कि बचपन जोड़ा मेरा वो चंगा नहीं रहा ਉਹ ਸਮੇਂ ਸਮੇਂ ਦੀ ਗੱਲ ਆ ਆਪਣੇ ਪਰ ਫੇ ਵੀ ਹਾਂ ਫਿਰ ਰੱਬ ਦੀ ਕਿਰਪਾ ਨਾਲ ਹੋਇਆ ਠੀਕ ਸਾਰਾ ਬੁਢਾਪੇ ਦਾ ਜਿਹੜਾ ਹਾਂਜੀ ਇਹ ਵੀ ਲੱਗਦਾ ਮੈਨੂੰ ਦੁਖੀ ਕਰੇ ਨਹੀਂ ਇਹ ਨਹੀਂ ਹੁੰਦਾ ਦੁਖੀ ਉਹਦੀ ਕਿਰਪਾ ਪੂਰੀ ਬਚਪਨ ਤਾਂ ਨਿਕਲ ਗਿਆ ਉਦੋਂ ਤਾਂ ਇਹ ਸੀਗੀ ਆਹ ਕਰ ਲਾਂਗੇ ਆਹ ਕਰ ਲਾਂਗੇ ਹੁਣ ਬੁਢਾਪੇ ਕੋਈ ਨਹੀਂ ਕਰ ਸਕਦੇ ਇਹ ਜੇ ਦੁਖੀ ਹੋ ਗਿਆ ਤਾਂ ਫਿਰ ਮੁਸ਼ਕਿਲ ਹੋ ਗਿਆ ਮੈਨੂੰ ਕੋਈ ਕੁਛ ਨਹੀਂ ਕਹਿੰਦਾ ਕੋਈ ਟੋਕਦਾ ਨਹੀਂ ਜੋ ਕਹਾਂ ਸਿਰ ਮੱਥੇ 'ਤੇ ਠੀਕ ਆ ਕਿਉਂਕਿ ਮੈਂ ਸਾਥ ਨਹੀਂ ਸਕਦਾ ਕਹਿੰਦੀ ਵੈਸੀ ਬੁੱਧੀ ਹੋ ਗਈ ਆ ਕੋਈ ਟੋਕੇ ਨਾ ਹੁਣ ਪੱਟੀ ਆ ਬੇਚਾਰਾ ਪਿੰਕੀ ਆ ਜੋ ਮੈਂ ਕਹਾਂ ਸਿਰ ਮੱਥੇ 'ਤੇ ਉਹਨੇ ਕਦੀ ਨਾ ਕੀਤੀ ਨਹੀਂ ਕਿਸੇ ਗੱਲ ਬਾਕੀ ਮੁੰਡਿਆਂ ਕੋਲ ਵੀ ਲੈ ਕੇ ਦੇਖ ਲਿਆ ਉਹਨਾਂ ਦਾ ਘਰ ਵਾਲੀਆਂ ਕੋਈ ਜਵਾਬ ਨਹੀਂ ਹੈ ਸਾਡੀ ਵਕਤ ਆਪਣੇ ਹਿਸਾਬ ਨੂੰ ਠੀਕ ਆ ਹੁਣ ਸੰਜਨ ਨੇ ਮੈਨੂੰ ਕਿਹਾ ਸੀ ਮੈਂ ਆ ਜਾਵਾਂਗਾ ਜਲੰਧਰ ਇਹ ਮੈਨੂੰ ਕਿਸੇ ਧੱਕਾ ਲੱਗਾ ਮੈਂ ਇੰਨੇ ਸਾਹ ਪਿੱਛੇ ਜੇ ਕਹਿ ਕੇ ਗਿਆ ਸੀ ਮੈਂ ਆਉਣਾ ਇੱਥੇ ਆਉਣਾ ਅਤੇ ਹੁਣ ਫਿਰ ਆਪਣਾ ਟਿਕਾਣਾ ਤਾਂ ਹੈ ਕਿਤੇ ਨਾ ਕਿਤੇ ਬਿਲਕੁਲ ਬਿਲਕੁਲ ਆ ਜਾਂਦਾ ਚਲੋ ਘਰ ਵੱਸਦਾ ਰਹਿੰਦਾ ਆਪਣਾ ਕੀ ਸਾਹ ਰਹੇ ਉੱਥੇ ਸਭ ਤੋਂ ਵੱਡੀ ਗੱਲ ਆ ਵੀ ਆਪਣਾ ਗੁਰਦੁਆਰੇ ਨਹੀਂ ਜਾ ਸਕਦੇ ਉੱਥੇ ਗੁਰਦੁਆਰਾ ਲੱਗ ਗਿਆ ਸਵੇਰੇ ਸ਼ਾਮ ਕਥਾ ਕੀਰਤਨ ਸੁਣਦਾ ਬੰਦਾ ਚਲੋ ਟਾਈਮ ਪਾਸ ਜਿੰਨਾ ਸੁਣਿਆ ਨਾ ਓਹੀ ਹੁਣ ਦੁਬਾਰਾ ਆ ਰਿਹਾ ਇੰਨੇ ਸਾਲ ਹੋ ਗਏ ਸੁਣਦਿਆਂ ਨੂੰ ਠੀਕ ਆ ਗੁਰੂ ਰਾਮ ਸਾਹਿਬ ਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੀ ਜਿੱਥੇ ਥੋੜਾ ਬਹੁਤਾ ਹੋਇਆ ਸੁਣਿਆ ਇਤਿਹਾਸ ਵੀ ਸੁਣਿਆ ਗੁਰਦਾਸ ਜੀ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਠੀਕ ਹੈ ਸਾਰੇ ਸੁਣੇ ਸੁਣਨ ਗੱਲ ਨਹੀਂ ਬਣਨੀ ਇਹ ਤਾਂ ਹੁਣ ਕਮਾਈ ਕਰਨੀ ਪੈਣੀ ਤਾਂ ਹੀ ਗੱਲ ਬਣੀ